ਇਹ ਕੱਲ ਦਾ ਪ੍ਰਬੰਧ ਟਿੱਪਰਾਂ ਦੇ ਜ਼ਰੀਏ ਕਿਸਾਨਾਂ ਦੇ ਲਈ ਕੀਤਾ ਗਿਆ ਜਾਂ ਕੀ ਇੱਥੋਂ ਕੱਲ ਕਿਸਾਨ ਗੁਜ਼ਰਨ ਦਿੱਤੇ ਜਾਣਗੇ ਅੱਗੇ, ਕੀ ਇੱਥੋਂ ਕਿਸਾਨ ਅੱਗੇ ਵਧਣ ਦਿੱਤੇ ਜਾਣਗੇ ਜਾਂ ਇੱਥੇ ਵੀ ਕੱਲ ਰੋਕਣ ਦੀ ਕੋਸ਼ਿਸ਼ ਹੁੰਦੀ ਹੈ? ਕਿਸਾਨਾਂ ਨੂੰ ਰੋਕਿਆ ਜਾਏਗਾ ਕਿ ਇੱਥੋਂ ਆਮ ਲੋਕਾਂ ਨੂੰ ਰੋਕਿਆ ਜਾਏਗਾ ਜਾਂ ਨਹੀਂ? ਇਹ ਸਾਰੀ ਚੀਜ਼ਾਂ ਦੇ ਉੱਤੇ ਹਜੇ ਸਸਪੈਂਸ ਬਰਕਰਾਰ ਹੈ। ਇੱਕੀ ਤਰੀਕ 11 ਵਜੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਵੱਡਾ ਦਿਨ ਹੈ। ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ। ਇਸੇ ਵਿਚਕਾਰ ਜਦੋਂ ਸ਼ੰਭੂ ਬਾਰਡਰ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਬਨੂੜ ਤੋਂ ਰੋਡ ਜਾਂਦਾ ਸ਼ੰਭੂ ਵੱਲ ਨੂੰ, ਉਸ ਰੋਡ ਦੇ ਉੱਤੇ ਮੌਜੂਦ ਆ। ਬੈਰੀਗੇਡਿੰਗ ਦੇਖੀ ਤਾਂ ਲੱਗਿਆ ਜਿਵੇਂ ਹਰਿਆਣੇ ਪੁਲਿਸ ਦੇ ਵੱਲੋਂ ਕੀਤੀ ਗਈ ਬੈਰੀਗੇਡਿੰਗ ਹੁੰਦੀ ਹੈ, ਕਿਉਂਕਿ ਹਰਿਆਣੇ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਲਗਾਤਾਰ ਕਿਸਾਨਾਂ ਨੂੰ। ਪਰ ਇਹ ਪੰਜਾਬ ਪੁਲਿਸ ਦੀ ਬੈਰੀਗੇਡਿੰਗ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਟਿੱਪਰਾਂ ਦਾ ਪ੍ਰਬੰਧ ਹੈ। ਇੱਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰਕੇ ਵਿਖਾਉਣ, ਟਿੱਪਰ ਖੜੇ ਨੇ, ਕਿਉਂਕਿ ਕੱਲ ਨੂੰ ਕਿਸਾਨ ਵੱਡੀ ਗਿਣਤੀ ਦੇ ਵਿੱਚ ਕੂਚ ਕਰਨਗੇ। ਉਸ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਦੇ ਵੱਲ ਪੰਜਾਬ ਵਾਲੇ ਪਾਸਿਓਂ ਪੰਜਾਬ ਦੀ ਪੁਲਿਸ ਦਾ ਪ੍ਰਬੰਧ ਹੈ, ਉਹ ਪ੍ਰਬੰਧ ਤੁਹਾਨੂੰ ਵਿਖਾ ਰਹੇ ਹਾਂ। ਇਹ ਤੁਸੀਂ ਵੇਖ ਸਕਦੇ ਹੋ ਕਿ ਇੱਥੋਂ ਕੁਝ ਹੀ ਦੂਰੀ ਦੇ ਉੱਤੇ, ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਤੇ ਇਸ ਤੋਂ ਜਿਹੜਾ ਸ਼ੰਭੂ ਦਾ ਜਿਹੜਾ ਰੋਡ ਹੈ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਤੋਂ ਅੱਗੇ ਜਿਹੜਾ ਸ਼ੰਭੂ ਬੈਰੀਅਰ ਵੱਲ ਵਧਿਆ ਜਾਣਾ, ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਜਿਹੜੇ ਅੱਜ ਰਾਤ ਦੇ ਪ੍ਰਬੰਧ, ਇਹ ਤੁਹਾਨੂੰ ਵਿਖਾ ਰਹੇ ਹਾਂ। ਇਸ ਬੈਰੀਗੇਡਿੰਗ ਤੋਂ ਅੱਗੇ ਜਿਹੜਾ ਰੋਡ ਇਸ ਵਾਲੇ ਪਾਸੇ ਬਨੂੜ ਨੂੰ ਚਲਿਆ ਜਾਂਦਾ ਤੇ ਇੱਥੋਂ ਸ਼ੰਭੂ ਵਾਲੇ ਪਾਸੇ ਨੂੰ ਵਧਿਆ ਜਾ ਸਕਦਾ। ਇੱਧਰ ਵੀ ਜਿਹੜਾ ਟਿੱਪਰ ਤੁਹਾਨੂੰ ਖੜਾ ਵਿਖਾਈ ਦੇਵਾਂਗੇ, ਦੇ ਸਕਦਾ ਜਿਹੜਾ ਇਹ ਟਿੱਪਰ ਖੜਾ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਹੈ ਕਹਿ ਸਕਦਾ ਕਿ ਹਲਕੀ ਲੇਅਰ ਦੀ ਬੈਰੀਗੇਡਿੰਗ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਵੀ ਹੈ। ਹਾਲਾਂਕਿ ਪਹਿਲਾਂ ਜਦੋਂ ਇਸ ਬੈਰੀਗੇਡਿੰਗ ਨੂੰ ਕ੍ਰੋਸ ਕਰ ਰਹੇ ਸੀ ਲੱਗਿਆ ਜਿਵੇਂ ਹਰਿਆਣਾ ਪੁਲਿਸ ਦਾ ਪ੍ਰਬੰਧ ਹੁੰਦਾ, ਕਿਉਂਕਿ ਹਰਿਆਣਾ ਪੁਲਿਸ ਲਗਾਤਾਰ ਬੈਰੀਗੇਡਿੰਗ ਕਰ ਰਹੀ ਹੈ। ਪਰ ਪੰਜਾਬ ਪੁਲਿਸ ਦੀ ਬੈਰੀਗੇਡਿੰਗ ਦੇਖ ਕੇ ਕਿਤੇ ਨਾ ਕਿਤੇ ਜ਼ਰੂਰ ਸਵਾਲ ਹੁੰਦਾ ਕਿ ਪੰਜਾਬ ਪੁਲਿਸ ਵੀ ਕਿਸਾਨਾਂ ਨੂੰ ਰੋਕੇਗੀ ਕਿ ਕੱਲ ਨੂੰ ਕਿਸਾਨਾਂ ਨੂੰ ਉੱਥੇ ਜਾਣ ਤੋਂ ਪੰਜਾਬ ਪੁਲਿਸ ਦੇ ਵੱਲੋਂ ਵੀ ਰੋਕਿਆ ਜਾ ਸਕਦਾ ਹੈ। ਸੋ ਇਹ ਸਾਰੇ ਪ੍ਰਬੰਧ ਪੰਜਾਬ ਦੀ ਪੁਲਿਸ ਦੇ ਵੱਲੋਂ ਹੋਏ ਹੋਏ ਨੇ। ਲਗਾਤਾਰ ਜਿਹੜੀ ਹੈ ਤਸਵੀਰ, ਸਵੇਰ ਤੱਕ ਹਰ ਇੱਕ ਦੀ ਜਿਹੜੀ ਨਿਗਾਹ ਇਸ ਤਸਵੀਰ ਦੇ ਉੱਤੇ ਹੈ ਕਿ ਆਖਿਰਕਾਰ ਕੀ ਇੱਥੋਂ ਕੱਲ੍ਹ ਕਿਸਾਨ ਗੁਜ਼ਰਨ ਦਿੱਤੇ ਜਾਣਗੇ ਅੱਗੇ, ਕੀ ਇੱਥੋਂ ਕਿਸਾਨ ਅੱਗੇ ਵਧਣ ਦਿੱਤੇ ਜਾਣਗੇ ਜਾਂ ਇੱਥੇ ਵੀ ਕੱਲ੍ਹ ਰੋਕਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰਬੰਧ ਹੈ ਉਹ ਹਰਿਆਣੇ ਦੀ ਪੁਲਿਸ ਦੇ ਵੱਲੋਂ ਆ। ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਘੱਗਰ ਦਰਿਆ ਦਾ ਪੁਲ ਹੈ, ਉਸ ਦਰਿਆ ਦੇ ਉੱਤੇ ਜਿਹੜਾ ਇਹ ਕਈ ਲੇਅਰ ਦੀ ਬੈਰੀਕੇਡਿੰਗ ਆ, ਜਿੱਥੇ ਪਿਛਲੇ 7 ਦਿਨਾਂ ਤੋਂ ਕਿਸਾਨਾਂ ਨੂੰ ਰੋਕਿਆ ਹੋਇਆ। ਸੋ ਇਹ ਬੈਰੀਕੇਡਿੰਗ ਅੱਜ ਲੱਗਦੀ ਹੈ। ਇਸ ਤੋਂ ਬਾਅਦ ਦਾ ਪ੍ਰਬੰਧ ਜਿਹੜਾ ਅੱਗੇ ਸ਼ੰਭੂ ਦੇ ਉੱਤੇ ਜਿਹੜਾ ਪੁਲਿਸ ਦੇ ਵੱਲੋਂ ਕੀਤਾ ਗਿਆ, ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀ ਬੈਰੀਗੇਡਿੰਗ ਦੀ ਇੱਕ ਕਰਕੇ ਜਿਹੜੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਕਿ ਇਹ ਜਿਹੜੀ ਹੈ ਪੰਜਾਬ ਪੁਲਿਸ ਦੀ ਬੈਰੀਗੇਡਿੰਗ ਹੈ। ਇਸ ਤੋਂ ਪਹਿਲਾਂ ਜਿਹੜੀ ਪੁਲਿਸ ਦਾ ਵੱਡਾ ਬਲ ਜਿਹੜਾ ਇੱਥੇ ਮੌਜੂਦ ਹੈ, ਹਾਲਾਂਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀ ਪੁਲਿਸ ਨੂੰ ਵੀ ਅਜਿਹੇ ਪ੍ਰਬੰਧ ਕਰਨ ਦੀ ਲੋੜ ਪੈਂਦੀ ਹੈ, ਕਿਉਂਕਿ ਕੱਲ੍ਹ ਨੂੰ ਜਿਸ ਹਿਸਾਬ ਦੇ ਮਾਹੌਲ ਆ, ਜਿਸ ਹਿਸਾਬ ਦੇ ਨਾਲ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ, ਸੋ ਉਸ ਦਰਮਿਆਨ ਪੰਜਾਬ ਵਾਲੇ ਪਾਸਿਓਂ ਜਿਹੜਾ ਮਾਹੌਲ ਨੂੰ ਸੁਖਾਵਾਂ ਰੱਖਣ ਦੇ ਲਈ ਵੀ ਜਿਹੜਾ ਪੰਜਾਬ ਦੀ ਪੁਲਿਸ ਦੇ ਵੱਲੋਂ ਹੋ ਸਕਦਾ ਕਿ ਪ੍ਰਬੰਧ ਕੀਤਾ ਗਿਆ ਹੋਵੇ, ਹੋ ਸਕਦਾ ਕਿ ਇੱਥੋਂ ਕਿਸਾਨਾਂ ਨੂੰ ਜਾਣ ਤੋਂ ਨਾ ਰੋਕਿਆ ਜਾਵੇ, ਪਰ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਇਤਿਹਾਤ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ। ਹਾਲਾਂਕਿ ਇਸ ਸੰਬੰਧ ਦੇ ਵਿੱਚ ਜਿਹੜੇ ਪੁਲਿਸ ਦੇ ਮੁਖੀ ਨੇ, ਕਿਉਂਕਿ ਇਹ ਪਟਿਆਲਾ ਪੁਲਿਸ ਮੁਖੀ ਦੇ ਅਧੀਨ ਆਉਣ ਵਾਲਾ ਏਰੀਆ, ਪਟਿਆਲਾ ਪੁਲਿਸ ਮੁਖੀ ਦੇ ਅਧੀਨ ਜਿਹੜਾ ਏਰੀਆ ਆਉਂਦਾ, ਉਸ ਦੇ ਬਾਰੇ ਪੰਜਾਬ ਪੁਲਿਸ ਦੇ ਜਿਹੜੇ ਪਟਿਆਲਾ ਦੇ ਮੁਖੀ ਨੇ ਉਹਨਾਂ ਦਾ ਕੋਈ ਹਜੇ ਤੱਕ ਸਪਸ਼ਟੀਕਰਨ ਨਹੀਂ ਆਇਆ ਕਿ ਇੱਥੋਂ ਕਿਸਾਨਾਂ ਨੂੰ ਰੋਕਿਆ ਜਾਏਗਾ ਕਿ ਇੱਥੋਂ ਆਮ ਲੋਕਾਂ ਨੂੰ ਰੋਕਿਆ ਜਾਏਗਾ ਜਾਂ ਨਹੀਂ। ਇਹ ਸਾਰੀ ਚੀਜ਼ਾਂ ਦੇ ਉੱਤੇ ਹਜੇ ਸਸਪੈਂਸ ਬਰਕਰਾਰ ਹੈ। ਤਸਵੀਰ ਜਿਹੜੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ੰਭੂ ਬੈਰੀਅਰ ਤੋਂ ਪਹਿਲਾਂ ਦੀ ਤਸਵੀਰਾਂ। ਤਕਰੀਬਨ 300 ਮੀਟਰ ਤੋਂ ਬਾਅਦ ਇੱਥੋਂ ਜਿਹੜਾ ਸ਼ੰਭੂ ਦੀ ਸ਼ੁਰੂਆਤ ਹੋ ਜਾਂਦੀ ਹੈ। ਲਗਾਤਾਰ ਜਿਹੜੀ ਹੈ ਇੱਥੋਂ ਟ੍ਰੈਫਿਕ ਨਿਕਲ ਰਹੀ ਹੈ,
ਮੈਂ ਕਹਾਂਗਾ ਕਿ ਟ੍ਰੈਫਿਕ ਵਿਖਾਉਣ ਕੇ ਟ੍ਰੈਫਿਕ ਜਿਹੜੀ ਆ ਲਗਾਤਾਰ ਇੱਥੋਂ ਗੁਜ਼ਰ ਰਹੀ ਹੈ। ਇੱਥੋਂ ਜਿਹੜਾ ਹੈ ਲਗਾਤਾਰ ਜਿਹੜਾ ਬੈਰੀਗੇਡਿੰਗ ਦੇ ਜ਼ਰੀਏ ਹਰ ਇੱਕ ਗੱਡੀ ਦੇ ਉੱਤੇ ਹਰ ਚੀਜ਼ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ। ਪਰ ਵੱਡਾ ਸਵਾਲ ਕਿ ਆਖਿਰਕਾਰ ਕੀ ਇਹਨਾਂ ਟਿੱਪਰਾਂ ਦੇ ਜ਼ਰੀਏ ਕੱਲ੍ਹ ਰੋਕਣ ਦੀ ਕੋਸ਼ਿਸ਼ ਹੋ ਸਕਦੀ ਹੈ। ਟਿੱਪਰ ਕੱਲ੍ਹ ਦੇ ਲਈ ਨੇ, ਇਹ ਕੱਲ੍ਹ ਦਾ ਪ੍ਰਬੰਧ ਟਿੱਪਰਾਂ ਦੇ ਜ਼ਰੀਏ ਕਿਸਾਨਾਂ ਦੇ ਲਈ ਕੀਤਾ ਗਿਆ, ਜਾਂ ਫਿਰ ਇਸ ਦੇ ਪਿੱਛੇ ਇੱਕ ਇਤਿਹਾਸ ਜਿਹੜਾ ਪੰਜਾਬ ਦੀ ਪੁਲਿਸ ਦੇ ਵੱਲੋਂ ਵਰਤਿਆ ਜਾ ਰਿਹਾ, ਇਸ ਤੋਂ ਇਹ ਚੀਜ਼ਾਂ ਦੇ ਉੱਤੇ ਸਸਪੈਂਸ ਬਰਕਰਾਰ ਹੈ ਕਿ ਪੰਜਾਬ ਦੀ ਪੁਲਿਸ ਦੇ ਵੱਲੋਂ ਪਲਾਨ 2 ਬਣਾਇਆ ਗਿਆ ਕਿ ਪੰਜਾਬ ਦੀ ਪੁਲਿਸ 2 ਪਲਾਨਾਂ ਦੇ ਉੱਤੇ ਕੰਮ ਕਰ ਰਹੀ ਹੈ। ਇੱਕ ਪਲਾਨ ਕਿ ਕਿਸਾਨਾਂ ਨੂੰ ਜਾਣ ਤੋਂ ਨਾ ਰੋਕਿਆ ਜਾਵੇ, ਪਰ ਵਾਪਸੀ ਇੱਧਰ ਵਾਲੇ ਪਾਸੇ ਹੁੰਦੀ ਹੈ ਕਿਸਾਨਾਂ ਦੀ, ਤਾਂ ਕਿ ਉਹਨਾਂ ਨੂੰ ਰੋਕਣ ਦੇ ਲਈ ਪਲਾਨ 2 ਦੇ ਉੱਤੇ ਕੰਮ ਜਿਹੜੀ ਹੈ ਪੰਜਾਬ ਦੀ ਪੁਲਿਸ ਕਰ ਰਹੀ ਹੈ।